एकदम पूरी फुल स्पीड नाल जान लग रहा कुलरिया पिंड नूं पंजाब दे पहले पिंड डुबण नूं तैयार है जी पंजाब दा। तुसीं डेट दे टाइम चैक कर लो जी, कई वारी ये हुंदा वी दिख रहा बई डेट दे टाइम दिख रहा, कई वारी ये हो जांदा वी वीडियो ऐ नहीं पता पुरानी होवे, वीडियो अज दी है जी, हुण शाम दी है, 15 तरीक शाम दी है, टाइम हो गया 5:41 दा। ते कोई भी बंदा ये वीडियो नूं अणगहिली च ना लवे जी, चांदपुरे पिंड दे घरां च पानी वड़ गया, चांदपुरा बन अज सवेरे 5 बजे टुट गया सी ते चांदपुरे दे घरां च पानी वड़ गया ते हुण कुलरिया जिहड़ा पिंड है पंजाब दा ओहदे खेतां च पानी आ गया ते कुलरिया पिंड च वी पानी वड़न नूं तैयार हो रहे। जिन्ने भी पिंड कोई अलर्ट ते गवर्नमेंट ने रखे हुए ने वी जिन्हां च पानी आ सकदा, कोई नीमा पिंड है कुछ वी है, ओह बंदे कोई वी ये वीडियो नूं अणगहिली ना लैण जी, शेयर कर दो ते आपदा घर समान कोई सेफ जगह ते रखो, जे तुहानूं गवर्नमेंट किते कहिंदी है वी उत्थे लै के जाओ जां छड्ड जाओ तां तुसीं उत्थे रख दो। दो मिंटां इक गल्ला कोई वी बंदा अणगहिली च ना लाओ, 2 मिंटां दे विच पानी किला क्रॉस कर रहा तुहाडे बैक साइड ते, इधर पानी चल रहा तुहानूं मैं चंगी तरह सारा माहौल दिखा दिंदा, आप आ तुसीं चैक कर लो, आह देखो इधरली पासे तुसीं चैक कर लो सारे पानी का माहौल, ठीक है। तो थोड़े तन फ्रिज का नहीं आया पानी बई? ना भाई हले नहीं आया, नहीं हूँ किहड़े सन च आया सी पानी एक बारी पुराना आया किन्ने च? ਪਿੰਡ ਤਾਂ ਪਹੁੰਚੇ ਨੇ 93 ਚ ਪਾਣੀ ਆਇਆ ਸੀ, ਠੀਕ ਹੈ ਤੇ 94 ਦਾ ਕੁਲਰੀਆਂ ਪਿੰਡ ਚ ਵੀ ਨਹੀਂ ਵੜਿਆ ਉਹ ਪਾਣੀ, ਕੁਲਰੀਆਂ ਪਿੰਡ ਚ ਨਹੀਂ ਵੜਿਆ, ਪਰ ਐਤਕੀ ਕੀ ਹੈ ਐਤਕੀ ਯਾਰ ਡਰ ਬਾਲਾ ਨਹੀਂ ਲੱਗੀ ਜਾਂਦਾ ਐਤਕੀ ਯਾਰ ਪਾਣੀ ਤੇਜ਼ ਹੈ ਬਾਬੇ ਰਸਤਾ ਕਾਫੀ ਤੇਜ਼ ਹੈ ਪਹਿਲਾਂ ਨਾਲੋਂ ਤੇਜ਼ ਹੈ ਤੇ ਅੱਗੇ ਜੀ ਉਹ ਜਿਹੜੀ ਸੜਕ ਹੈ ਤੁਹਾਨੂੰ ਮੈਂ ਦੱਸ ਦਿੰਦਾ ਉਹ ਸਾਹਮਣੇ ਚਾਂਦਪੁਰਾ ਪਿੰਡ ਹੈ, ਉਹ ਸਾਹਮਣੇ ਉਧਰ ਚਾਂਦਪੁਰਾ ਪਿੰਡ ਹੈ ਜੀ, ਚਾਂਦਪੁਰਾ ਪਿੰਡ ਦੇ ਖੇਤ ਤਾਂ ਸਾਰੇ ਡੁੱਬੀ ਗਏ ਨਾਲ ਘਰਾਂ ਪਿੰਡਾਂ ਚ ਵੀ ਪਿੰਡਾਂ ਚ ਸਾਰਿਆਂ ਚ ਪਿੰਡ ਦੇ ਘਰਾਂ ਚ ਸਾਰਿਆਂ ਤੇ ਪਾਣੀ ਵੜ ਗਿਆ, ਲੋਕ ਆਪਦਾ ਸਮਾਨ ਕੱਢ ਕੇ ਲੰਘ ਗਏ ਤੇ ਜਿਹੜਾ ਆਹ ਮੇਨ ਆ ਰੋਡ ਚੱਲ ਰਿਹਾ ਜੀ ਤੇ ਖੜੇ ਆ ਜਿਹੜਾ ਆਪਾਂ ਨੂੰ ਚਾਂਦਪੁਰੇ ਪਿੰਡ 'ਚ ਲੈ ਕੇ ਜਾਂਦਾ, ਇਹ ਰੋਡ ਦਾ ਵੀ ਪਾਣੀ ਉੱਪਰ ਦੀ ਕ੍ਰੋਸ ਹੋ ਕੇ ਦੂਸਰੀ ਸਾਈਡ ਜਾਣ ਲੱਗ ਗਿਆ ਤੇ ਇੱਧਰ ਪਾਣੀ ਦੀ ਰਫਤਾਰ ਦੇਖ ਲਓ ਤੁਸੀਂ ਵੀ ਕਿੰਨੀ ਜ਼ਿਆਦਾ ਤੇਜ਼, ਆਹ ਦੇਖੋ ਕਿੰਨੀ ਜ਼ਿਆਦਾ ਸਪੀਡ ਨਾਲ ਪਾਣੀ ਚੱਲ ਰਿਹਾ, ਸਾਰਾ ਪ੍ਰਸ਼ਾਸਨ ਸੜਕ ਤੇ ਉਤਰਿਆ, ਆ ਜਾਓ ਅੱਗੋਂ ਵੀ ਜਾ ਕੇ ਤੁਹਾਨੂੰ ਮਾਹੌਲ ਦਿਖਾ ਦਿੰਦੇ ਹਾਂ ਜੀ ਸਾਰਾ, ਅੱਗੇ ਆਪਾਂ ਉਹ ਸੜਕ ਦੇਖ ਕੇ ਆਉਂਦੇ ਹਾਂ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਜਿਹਦੇ ਉੱਪਰ ਦੀ ਪਾਣੀ ਚੱਲ ਪਿਆ, ਰਸਤਾ ਟੁੱਟ ਗਿਆ, ਸਾਰਾ ਪੁਲਿਸ ਪ੍ਰਸ਼ਾਸਨ ਵੀ ਉਧਰਲੇ ਪਾਸੋਂ ਆ ਗਿਆ ਜੀ, ਚਾਂਦਪੁਰਾ ਜਿਹੜਾ ਬੰਨ ਸੀ ਉਹ ਤਾਂ ਸਾਰਾ ਖਾਲੀ ਕਰਤਾ, ਉੱਥੇ ਹੁਣ ਕੋਈ ਨਹੀਂ ਹੈਗਾ, ਉੱਥੇ ਤਾਂ ਹੁਣ ਪ੍ਰਸ਼ਾਸਨ ਜਿਹੜਾ ਹਰਿਆਣੇ ਦਾ ਸੀ ਉਹ ਤਾਂ ਸਵੇਰੀ ਲੰਘ ਗਿਆ ਸੀ, ਉਹਨਾਂ ਨੂੰ ਤਾਂ ਪਤਾ ਸੀ ਵੀ ਹੁਣ ਪਾਣੀ ਪੰਜਾਬ ਨੂੰ ਟੁੱਟ ਗਿਆ ਅਤੇ ਜਿਹੜਾ ਆਪਣਾ ਪੰਜਾਬ ਵਾਲਾ ਪ੍ਰਸ਼ਾਸਨ ਹੈ ਉਹ ਵੀ ਹੁਣ ਜਾਣ ਲੱਗ ਗਿਆ ਇੱਧਰ, ਕਿਉਂਕਿ ਹੁਣ ਜਿਹੜਾ ਕੁੱਲਰੀਆਂ ਵਾਲਾ ਸੂਆ ਹੈ ਜੀ ਉੱਥੇ ਜਾ ਕੇ ਦੇਖਭਾਲ ਕਰਨੀ ਹੈ, ਹੁਣ ਤਾਂ ਉਹ ਸੂਆ ਹੀ ਪਿੰਡ ਨੂੰ ਬਚਾ ਸਕਦਾ, ਨਹੀਂ ਤਾਂ ਬਹੁਤ ਮੁਸ਼ਕਲ ਹੈ, ਜਿਹੜੇ ਹਿਸਾਬ ਨਾਲ ਪਾਣੀ ਆ ਰਿਹਾ ਇਹਨੇ ਰੁਕਣਾ ਨਹੀਂ ਜੀ, ਇਹਨੇ ਤਾਂ ਲੰਘਣਾ ਹੀ ਲੰਘਣਾ ਹੈ, ਚਾਂਦਪੁਰੇ ਬੰਨ ਤੋਂ ਸਾਰਾ ਪ੍ਰਸ਼ਾਸਨ ਹਟ ਗਿਆ, ਕੋਈ ਨਹੀਂ ਹੈਗਾ ਉੱਥੇ, ਹੁਣ ਸਿਰਫ ਆ ਸੂਆ ਹੈ ਉਹ ਵੀ ਜਾ ਕੇ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਅਤੇ ਪਹਿਲਾਂ ਤੁਹਾਨੂੰ ਸੜਕ ਦਿਖਾਉਂਦੇ ਹਾਂ ਜਿਹੜਾ ਟੁੱਟ ਗਈ, ਅਤੇ ਆਹ ਦੇਖੋ ਜੀ ਸਾਹਮਣੇ ਆ ਜਿਹੜੀ ਸੜਕ ਜੋੜਦੀ ਹੈ ਚਾਂਦਪੁਰੇ ਨੂੰ, ਚਾਂਦਪੁਰੇ ਬੰਨ ਨੂੰ ਯਾਨੀ ਕਿ ਹਰਿਆਣੇ ਨੂੰ, ਉਹ ਸੜਕ 'ਤੇ ਪਾਣੀ ਫਿਰ ਗਿਆ ਸਾਰੇ ਅਤੇ ਤੁਸੀਂ ਆਪ ਦੇਖ ਲਓ, ਆਹ ਦੇਖੋ ਜੀ ਅਤੇ ਉੱਤੋਂ ਰੱਬ ਵੀ ਪੂਰਾ ਬੇਈਮਾਨ ਹੋਇਆ ਖੜ੍ਹਿਆ, ਜੇ ਮੀਂਹ ਹੋਰ ਸਿੱਟ ਤਾਂ ਜੀ ਸਾਰੀ ਕਹਾਣੀ ਹੈ ਖਤਮ ਹੈ, ਇੱਧਰ ਦੇਖ ਲਓ ਤੁਸੀਂ ਇਹ ਸੜਕ ਦਾ ਰਸਤਾ ਤਾਂ ਬੰਦ ਹੋ ਗਿਆ ਜੀ, ਹੁਣ ਕਹਿਣ ਦਾ ਭਾਵ ਆਪਾਂ ਚਾਂਦਪੁਰੇ ਬੰਨ 'ਤੇ ਜਾ ਨਹੀਂ ਸਕਦੇ, ਇਹ ਸੜਕ ਖਤਮ ਕਰਤੀ ਪਾਣੀ ਨੇ, ਆਹ ਦੇਖੋ ਇੱਧਰਲੇ ਪਾਸੋਂ ਪਾਣੀ ਆਹ ਚੱਲ ਰਿਹਾ, ਆਹ ਦੇਖੋ ਜੀ ਤੁਸੀਂ ਆਪ ਦੇਖ ਲਓ ਵੀ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਹੈ ਅਤੇ ਉੱਤੋਂ ਮੀਂਹ ਵੀ ਹਲਕਾ ਹਲਕਾ ਪੈਣ ਲੱਗ ਗਿਆ ਜੀ ਅਤੇ ਪਾਣੀ ਇੱਕਦਮ ਪੂਰੀ ਫੁੱਲ ਸਪੀਡ ਨਾਲ ਜਾਣ ਲੱਗ ਰਿਹਾ ਕੁਲਰੀਆਂ ਪਿੰਡ ਨੂੰ, ਪੰਜਾਬ ਦੇ ਪਹਿਲੇ ਪਿੰਡ ਡੁੱਬਣ ਨੂੰ ਤਿਆਰ ਹੈ ਜੀ, ਪੰਜਾਬ ਦਾ ਜਿਹੜਾ ਪਹਿਲਾ ਪਿੰਡ ਹੈ ਕੁਲਰੀਆਂ ਉਹ ਡੁੱਬਣ ਨੂੰ ਤਿਆਰ ਹੈ, ਇਸ ਤੋਂ ਬਾਅਦ ਫਿਰ ਭਾਵਾ ਪਖੜਿਆਲ ਬਰੇਟਾ ਇਹ ਤਾਂ ਸਾਰੇ ਜਾਣਗੇ ਜੀ, ਹੁਣ ਮਾਨਸਾ ਜ਼ਿਲ੍ਹੇ 'ਚ ਪਾਣੀ ਐਂਟਰ ਹੋਣਾ ਸ਼ੁਰੂ ਹੋ ਗਿਆ ਜੀ, ਜਿਹੜੇ ਵੀ ਪਿੰਡ ਅਲਰਟ 'ਤੇ ਨੇ ਉਹਨਾਂ ਨੂੰ ਦੁਬਾਰੇ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਆਪਦਾ ਪਿੰਡ ਖਾਲੀ ਕਰ ਦਿਓ ਜੀ, ਆਪਦਾ ਸਮਾਨ ਉੱਚੀ ਜਗ੍ਹਾ 'ਤੇ ਰੱਖ ਦਿਓ, ਆ ਲੋਕ ਦੇਖੋ ਕਿਵੇਂ ਭੱਜਣ ਲੱਗ ਰਹੇ ਨੇ ਪਾਣੀ ਰੋਕਣ ਵਾਸਤੇ, ਕਿਉਂਕਿ ਉੱਪਰਲੇ ਪਾਸੋਂ ਮੀਂਹ ਵੀ ਪੈਣ ਲੱਗ ਰਿਹਾ, ਜਿਵੇਂ ਜਿਵੇਂ ਪਾਣੀ ਦੀ ਸਪੀਡ ਹੈ ਉਵੇਂ ਉਵੇਂ ਲੋਕ ਵੀ ਉਵੇਂ ਭੱਜੇ ਜਾਂਦੇ ਨੇ, ਅਤੇ ਮੀਂਹ ਬਹੁਤ ਜ਼ਿਆਦਾ ਆ ਗਿਆ ਜੀ, ਤੇਜ਼ ਮੀਂਹ ਹੈ ਕਾਫੀ ਜ਼ਿਆਦਾ ਤੇਜ਼ ਮੀਂਹ ਆ ਗਿਆ ਜੀ, ਅਤੇ ਪਾਣੀ ਦੀ ਸਪੀਡ ਦੇਖੋ, ਆਪਦੇ ਆਪਦੇ ਘਰਾਂ 'ਚ ਬਸ ਸੇਫ ਰਹੋ ਜੀ, ਅਤੇ ਉੱਚੀ ਥਾਂ 'ਤੇ ਰਹੋ ਜਿੱਥੇ ਜਿੱਥੇ ਅਲਰਟ ਚੱਲ ਰਿਹਾ, ਅਤੇ ਜਿਹਨੂੰ ਖਾਲੀ ਕਰਨ ਨੂੰ ਕਿਹਾ ਉਹ ਕੋਈ ਅਣਗਹਿਲਿਆ ਨਾ ਲਓ ਜੀ, ਮੀਂਹ ਬਹੁਤ ਜ਼ਿਆਦਾ ਪੈਣ ਲੱਗ ਗਿਆ ਇੱਥੇ, ਆਹ ਬਹੁਤ ਜ਼ਿਆਦਾ ਮੀਂਹ ਆ ਗਿਆ ਜੀ, ਇੱਧਰੋਂ ਰੱਬ ਨੇ ਵੀ ਨਹੀਂ ਕੋਈ ਕਸਰ ਛੱਡੀ ਜੀ, ਆਹ ਦੇਖੋ ਤੁਸੀਂ ਮੀਂਹ ਵਾਲੀ ਹਨੇਰੀ ਠਾਤੀ ਪੂਰੀ, ਫੁੱਲ ਮੀਂਹ ਪੈਣ ਲੱਗ ਗਿਆ ਜੀ, ਫੁੱਲ ਸਾਰੇ ਬੰਦਿਆਂ ਨੂੰ ਹੁਣ ਇੱਥੇ ਭੱਜਣਾ ਪਊਗਾ, ਜਾਣਾ ਪਊਗਾ ਨਾ ਉੱਥੇ, ਚਲੋ ਜੀ ਅੱਗੇ ਅੱਗੇ ਸੂਏ 'ਤੇ ਦੇਖਦੇ ਹਾਂ, ਜਾ ਕੇ ਸੂਏ 'ਤੇ ਪ੍ਰਸ਼ਾਸਨ ਲੱਗਿਆ ਹੋਇਆ, ਕੋਈ ਹੈਲਪ ਕਰਾ ਦਾਂਗਾ ਉਹਨਾਂ ਦੀ, ਦੇਖਣਾ ਬੰਦ ਕਰਤਾ ਬਾਬਾ, ਇੰਨਾ ਮੀਂਹ ਬਹੁਤ ਜ਼ਿਆਦਾ ਆ ਗਿਆ, ਹੁਣ ਨਹੀਂ ਪਾਣੀ ਰੁਕਦਾ ਜੀ ਕਿਸੇ ਵੀ ਤਰੀਕੇ ਨਾਲ।